ਬੇਗਰ ਨੂੰ ਕੀਤੀ ਹੈ ਕਿਹਾ ਕਿ ਕੀ ਗੱਲ ਹੈ ਬੜੀ ਸ਼ਾਨਦਾਰ ਚੱਲਦੇ ਨੇ ਨਾਸ਼ਕ ਦੀ ਵਾਰੀ ਤੇ ਨਹੀਂ ਆ ਦੇਸੀ ਘਿਓ ਨਾ ਉਹਦਾ ਇਸਤੇਮਾਲ ਮੈਂ ਜ਼ਿਆਦਾ ਕਰਿਆ ਮੇਰੇ ਮੈਂ ਮਜ਼ਾਕ ਕਰਿਆ ਇਹਦਾ ਵੀ ਆਪਣਾ ਟੇਸਟ ਹੈਗਾ ਬਹੁਤ ਟੇਸਟ ਹੈ ਯਾਨੀ ਕੋਈ ਕੋਈ ਘਿਓ ਨਹੀਂ ਜ਼ਿਆਦਾ ਨਹੀਂ ਹੈਗਾ ਘਿਓ ਮੈਂ ਉਹਨੂੰ ਪਕਾਈਦਾ ਨਹੀਂ ਪਕਾਉਣ ਵਾਲੀ ਗੱਲ ਕੋ ਨਹੀਂ ਕਾਲੂ ਸਾਹਿਬ ਤੇ ਅਲਵੀ ਸਾਹਿਬ ਇਹ ਨੂੰ ਜਦੋਂ ਉਹ ਜਵੇਂ ਤੇ ਦੂਸਰਾ ਕਸਾਈ ਬੱਕਰਾ ਨਹੀਂ ਰਵੀ ਸਰ ਕਈ ਬੰਦੇ ਇੱਕ ਇੱਕ ਨਾਸ਼ਤਾ ਕਰਨ ਦੇ ਬਾਅਦ ਸਾਰੇ ਨਜ਼ਮ ਪੜਨਗੇ ਦੁਲਸਮੀ ਕੋਲ ਸੀ ਉਹ ਸਾਰਿਆਂ ਨੇ ਪੜ੍ਹੀ ਤੇ ਜਦੋਂ ਵਾਰੀ ਆਈ ਮਹਿਮੂਦ ਅਖਤਰ ਸਾਹਿਬ ਦੀ ਉਹਨੇ ਕਦੇ ਜ਼ਿੰਦਗੀ ਚ ਨਹੀਂ ਪੜ੍ਹੀ ਕਹਿੰਦਾ ਮੈਂ ਤੇ ਸਵਾਲ ਹੀ ਕਰਦਾ ਮੈਂ ਤੇ ਕਦੀ ਪੜ੍ਹੀ ਨਹੀਂ ਨਜ਼ਮ ਉਹ ਕਹਿੰਦੇ ਨੇ ਅੱਜ ਪੜ੍ਹਨੀ ਸਾਰਿਆਂ ਨੇ ਕਿਹਾ ਠੰਡਾ ਬੋਲ ਕਹਿੰਦੇ ਨੇ ਦੁਲਸਮੀ ਦੇ ਉਹਨਾਂ ਨੇ ਸ਼ੁਰੂ ਕਰ ਦਿੱਤੀ ਐ ਖੁਦਾ ਐ ਉਹ ਇੰਨਾ ਸ਼ੇਰ ਸੀ ਉਹ ਮੁੱਕਦੇ ਉਹ ਕਹਿੰਦੇ ਜਜ਼ਾਕ ਅੱਲਾ ਜਜ਼ਾ ਕਹਿੰਦੇ ਨਹੀਂ ਮੈਂ ਨਜ਼ਮ ਪੜ੍ਹਨੀ ਮੈਂ ਪੂਰੀ ਪੜ੍ਹਨੀ ਇਨਸਾਨ ਬਣਨ ਦੀ ਲੋੜ ਜੇ ਇਨਸਾਨ ਬਣਨ ਦੀ ਲੋੜ ਜੇ ਯਾਰ ਜੱਗ ਦੇ ਸਾਰੇ ਲੋਕਾਂ ਵਿੱਚੋਂ ਗੋਰਿਆਂ ਵਿੱਚੋਂ ਕਾਲਿਆਂ ਵਿੱਚੋਂ ਜਿਹੜੇ ਚੰਗੇ ਕੰਮ ਨੇ ਕਰਦੇ ਮੈਂ ਇਹਦੇ ਵਿੱਚ ਜਿਹੜੇ ਵੀਹ ਲਿਖਿਆ ਸੀ ਰਾਜਾ ਸਾਹਿਬ ਕਹਿੰਦੇ ਨੇ ਵੀਹ ਨੂੰ ਵਿੱਚ ਕੱਢੋ ਉਹਦੇ ਨਾਲ ਵਜ਼ਨ ਨਹੀਂ ਜਿਹੜੇ ਚੰਗੇ ਕੰਮ ਨੇ ਕਰਦੇ ਸਿੱਧੀਆਂ ਰਾਹਾਂ ਉੱਤੇ ਚੱਲ ਗਏ ਮੈਨੂੰ ਪਹਿਲਾ ਮਿਸਰਾ ਜੱਗ ਦੇ ਸਾਰੇ ਲੋਕ ਜਿਹੜੇ ਚੰਗੇ ਕੰਮ ਨੇ ਕਰਦੇ ਸਿੱਧੀਆਂ ਰਾਹਾਂ ਉੱਤੇ ਚੱਲਦੇ ਹਰ ਥਾਂ ਤੇ ਸੱਚ ਬੋਲਦੇ ਨੇ ਉਹ ਹਰ ਥਾਂ ਤੇ ਸੱਚ ਬੋਲਦੇ ਨੇ ਉਹ ਸੌਦਾ ਪੂਰਾ ਤੋਲਦੇ ਨੇ ਉਹ ਨਹੀਂ ਉਹ ਬੁਗਤ ਤੇ ਕੀਨੇ ਰੱਖਦੇ ਸਾਫ਼ ਨੇ ਆਪਣੇ ਸੀਨੇ ਰੱਖਦੇ ਨਹੀਂ ਉਹ ਬੁਗਤ ਤੇ ਕੀਨੇ ਰੱਖਦੇ ਸਾਫ਼ ਨੇ ਆਪਣੇ ਸੀਨੇ ਰੱਖਦੇ ਇਹਦਾ ਮਰਕਜ਼ੀ ਖਿਆਲ ਇਹ ਵੀ ਕਿ ਜੱਗ ਦੇ ਸਾਰੇ ਲੋਕਾਂ ਵਿੱਚ ਕੋਈ ਵੀ ਕਿਸੇ ਨੂੰ ਮੰਦਾ ਬੋਲਦੇ ਨਹੀਂ ਉਹ ਦਿਲ ਕਿਸੇ ਦਾ ਤੋੜਦੇ ਨਹੀਂ ਅਮਨ ਪਿਆਰ ਦੇ ਨਾਲ ਨੇ ਰਹਿੰਦੇ ਸਭ ਨੂੰ ਚੰਗੀਆਂ ਗੱਲਾਂ ਕਹਿੰਦੇ ਅਮਨ ਪਿਆਰ ਦੇ ਨਾਲ ਨੇ ਰਹਿੰਦੇ ਸਭ ਨੂੰ ਚੰਗੀਆਂ ਗੱਲਾਂ ਕਹਿੰਦੇ ਧੋਖਾ ਨਹੀਂ ਕਿਸੇ ਨੂੰ ਦਿੰਦੇ ਰਿਸ਼ਵਤ ਨਹੀਂ ਕਿਸੇ ਤੋਂ ਲੈਂਦੇ ਮੂੰਹ ਕਿਸੇ ਤੋਂ ਮੋੜਦੇ ਨਹੀਂ ਉਹ ਰਿਸ਼ਤੇ ਨਾਤੇ ਤੋੜਦੇ ਨਹੀਂ ਉਹ ਸਭ ਦੀ ਨੇ ਉਹ ਇੱਜ਼ਤ ਕਰਦੇ ਹਰ ਇੱਕ ਦੀ ਨੇ ਖਿਦਮਤ ਕਰਦੇ ਸਭ ਦੀ ਨੇ ਉਹ ਇੱਜ਼ਤ ਕਰਦੇ ਹਰ ਇੱਕ ਦੀ ਨੇ ਖਿਦਮਤ ਕਰਦੇ ਕੌਮ ਧਰਮ ਤੇ ਰੰਗ ਨਾ ਵਹਿੰਦੇ ਕੌਮ ਧਰਮ ਤੇ ਰੰਗ ਨਾ ਵਹਿੰਦੇ ਸਭ ਨੂੰ ਸਾਵੇਂ ਹੱਕ ਨੇ ਦਿੰਦੇ ਭਾਵੇਂ ਅੱਗੇ ਫਿਰ ਅੱਗੇ ਆ ਗਿਆ ਜੀ ਭਾਵੇਂ ਮੰਦਰ ਗਿਰਜੇ ਜਾਂਦੇ ਭਾਵੇਂ ਮੰਦਰ ਗਿਰਜੇ ਜਾਂਦੇ ਮੁਸਲਿਮ ਸਾਬੀ ਸਿੱਖ ਕਹਾਉਂਦੇ ਕੋਈ ਵੀ ਉਹਨਾਂ ਦਾ ਮਜ਼ਹਬ ਹੋਏ ਹੈਂਜੀ ਸਭ ਨੂੰ ਮਿਲੇਗਾ ਅਜਰ ਜ਼ਰੂਰ ਸਭ ਨੂੰ ਮਿਲੇਗਾ ਅਜਰ ਜ਼ਰੂਰ ਖੌਫ ਤੇ ਗਮ ਇਹਨਾਂ ਤੋਂ ਦੂਰ ਪਾਰ ਜੇ ਲੰਘਣਾ ਅਮਲਾਂ ਨਾਲ ਪਾਰ ਜੇ ਲੰਘਣਾ ਅਮਲਾਂ ਨਾਲ ਕੁਝ ਨਹੀਂ ਲੱਭਣਾ ਕੁਝ ਨਹੀਂ ਲੱਭਣਾ ਨਾਵਾਂ ਨਾਲ ਪਾਰ ਜੇ ਲੰਘਣਾ ਅਮਲਾਂ ਨਾਲ ਨਾ ਜੋ ਤੁਸੀਂ ਖਾ ਰਹੇ
कुछ नहीं लभना नावां नाल पार जे लंघना अमला नाल सुन लो सारे अज भाईओ पल्ले बन लो गल भाईओ धर्म दा एहो नचोड़ जे यारो इंसान बनन दी लोड़ जे यारो जबरदस्त बहुत अच्छी वैर हरी में मंगदा सब दी खैर बहुत अच्छी ए हरी ने अगे भी सुनाई है कहां का इश्क करेक्शन कर देना शायद वफा कैसी कहां का इश्क जब सर फोड़ना ठहरा दूध दे वफा कैसी कहां का इश्क जब सर फोड़ना ठहरा तो फिर ऐ संग दिल तेरा ही संगे आस्था क्यों ठीक है जी फिर वो गालिब कहंदा है शाम फिराक मैं ये समझूंगा कि शम में दो फिरोजा हो गई फिर उन्हें अपने एक भतीजे की वफात के उत्ते जड़ी मरसिया क्या उसे दो तीन शेर ने जाते हुए तुम शाह तुम जाते हुए तुम माहे शबे चार दहम थे मेरे घर तुम माहे शबे चार दहम थे मेरे घर के फिर क्यों ना रहा घर का वो नक्शा कोई दिन और जाते हुए कहते हो क़यामत को मिलेंगे क्या खूब क़यामत का है गोया गोया बड़े औखे औखे शेर ने साडे ते खोता आया तो छिलकिया नु मुंह मारिया उन्हें किसे खा लिया तो दूजा गालिब नु बड़े पसंद सी गालिब नु बहुत पसंद सी तो दूजे नु नहीं सी पसंद ये तेरा बयान गालिब तुझे हम वली समझते जो नबा बैतबाजी करन ते सैकड़ों हजारां शेर याद हुंदे सी हुण ओह अगे पिछे हो जांदे कोई मिसरा किते लग जांदा कोई मिसरा किते लग जांदा पड़ जांदा ते बेहतर है के ये न थी हमारी किस्मत के विसाल याद ये न थी हमारी किस्मत के विसाल याद होता अगर और जीते रहे यही इंतजार होता तेरे वादे पर जिए तो ये जान छूट जाना कि खुशी से मर न जाते अगर एतबार होता तेरी नाजुकी से जाना कि बंदा था अहद कभी तू न तोड़ सकता अगर इस त्योहार को कोई मेरे दिल से पूछे तेरे तीर नीम कश को ये खलश कहाँ से होती जो जिगर के पार होता ये कहाँ की दोस्ती है कि बने हैं दोस्त ना से ये कहाँ की दोस्ती है दोस्त ना थे कोई चारा साज होता कोई रामगुजार होता रगे संग से टपकता वो लहू के फिर न थमता रगे संग से टपकता वो लहू के फिर न थमता जिसे गम समझ रहे हो ये अगर शरार होता गम अगर चा जहाँ गुसल है गुसल है गुसल गा किस से मैं के क्या है
मुझे क्या बुरा था मरना अगर एक बार होता वे मर के हम जो रुसवा वे क्यों ना करके दरिया वे मर के हम जो रुसवा वे क्यों ना करके दरिया न कभी जनाजा उठता न कहीं मिजाज होता उसे कौन देख सकता कि यगान है वो यक्ता उसे कौन देख सकता ऐ वो शेर है ऐ वो मिसरा पिछला शेर है जिदा अगों पत्ते जिन्हें गल मुकाई है बड़ा ताकतवर शेर उसे कौन देख सकता कि जगान है वो यक्ता जो दुई की बू भी हो तो कहीं दो चार हो अल्लाह ताला ते की है और दुई दी मासी भी जो बो होती ना तो कितने ना कितने तो टक्कर ही जाना ना सानू जो दो होने दे क्योंकि एक बंदे से मिलना मुश्किल है दो तो मिल जाना जो दुई की बू भी होती तो कहीं दो चार होता ये मसाइल है तसव्वुर ये तेरा बयान गालिब तुझे हम वली समझते जो रबादा खास है जबरदस्त मैं वक्त का सामान एक बच्चा सी लगे पैर जा रहे उन्होंने कोई नसीहत नहीं की पकड़िया पता है गरीब है पकड़िया दुकान ते गए जुत्ती लेके देखे नसीहत नहीं की पता है गरीब है लगे पैर है जा रहा सी दर्द हो दिल में दवा कीजिए दवा कीजिए दिल ही जब दर्द हो तो किया कीजिए क्या कीजिए क्या कीजिए दिल ही जब दर्द हो तो क्या कीजिए क्या कीजिए तो क्या कीजिए वो तो मशहूर ही है ना एक इश्क ने गालिब निकम्मा कर दिया वरना हम भी आदमी थे काम के और बड़ा बेचैन तो उन्हें क्या कि दुआ करना जाके मस्जिद तो वो मस्जिद चला गया असर दी नवाज जोर दी नवाज सी उन्होंने पहले सुनता जाके पढ़िया गालिब गालिब ने ते अशोकता जरा सी ना उन्होंने नौकर कोई लाल से वो दीवार मस्जिद की दीवार तो ना इंज करके उन्हें बोदरा विखाइया ना ते मिर्जा गालिब साहब जेडे ना वो जुत्ती पा के टुट पे बस मौल साहब ने कहा मौल साहब अभी तो अभी तो फर्ज नवाज बाकी है कहने लगे जी आप पढ़ते रहे हमारा तो सुनतों में ही दुआ कबूल हो गई वो अपने मखसूस अंदाज ना सुना इंसान हूँ प्याला हो सागर नहीं हूँ मैं इंसान या रब जमाना मुझे मुझको मिटाता है किस लिए लोहे जहां पे हर्फ मकर नहीं हूं मैं